ਜਿਵੇਂ ਲੀਡਰ ਆਫ ਦੀ ਓਪੋਜੀਸ਼ਨ ਨੂੰ ਉਹਨਾਂ ਨੇ ਗੱਲਾਂ ਕੀਤੀਆਂ, ਜਿਵੇਂ ਉਸ ਵਰਤੀਰਾ ਨਾਲ ਗੱਲ ਕੀਤੀ, ਭਾਸ਼ਾ ਵਰਤੀ, ਮੈਨੂੰ ਲੱਗਦਾ ਆਹ ਸੀਐਮ ਰਹਿਣ ਦੇ ਲਾਇਕ ਨਹੀਂ ਹੈ। ਤੋ ਇਸ ਕਰਕੇ ਇਹਦੀ ਤਾਂ ਆਦਤ ਬਣ ਗਈ ਭਗਵੰਤ, ਇਹਦਾ ਨਾਂ ਹੁਣ ਭਗਵੰਤ ਬੇਈਮਾਨ ਹੈ, ਮਾਨ ਨਹੀਂ ਹੈ, ਬੇਈਮਾਨ ਭਗਵੰਤ ਬੇਈਮਾਨ। ਮੇਰੀ ਇੱਕ ਸੁਣ ਲਓ ਚੰਗੀ ਤਰ੍ਹਾਂ ਗੱਲ, ਸੀਐਮ ਦੇ ਪੇਜ ਤੇ ਅੱਜ ਫੋਟੋਆਂ ਅਪਲੋਡ ਹੋਈਆਂ ਕੱਲ ਦੀਆਂ, ਉਹ ਵੀ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਸਾਨੂੰ ਤਾਂ ਬਹੁਤ ਵੱਡੀ ਚਿੰਤਾ, ਜਿਹੜੀਆਂ ਫੋਟੋਆਂ ਅਪਲੋਡ ਹੋਈਆਂ ਉਹਨਾਂ ਨੂੰ ਕਲੋਜ਼ਲੀ ਸਟੱਡੀ ਕਰੋ, ਮੈਨੂੰ ਤਾਂ ਐਂ ਜਾਪਣ ਲੱਗ ਪਿਆ ਇਹਨਾਂ ਨੂੰ ਬੜੀ ਸੀਰੀਅਸ ਸਾਈਕੈਟ੍ਰਿਸਟ ਕੇਅਰ ਦੀ ਲੋੜ। ਅਸੀਂ ਤਾਂ ਕੱਲ੍ਹ ਦੇ ਫਿਕਰਮੰਦ ਹੋ ਗਏ, ਜੋ ਕਹਿੰਦੇ ਮੇਰੀ ਅੱਖਾਂ 'ਚ ਪਾ ਕੇ ਵੇਖੋ ਅੱਖਾਂ, ਮੈਂ ਤੁਹਾਡੀਆਂ ਅੱਖਾਂ 'ਚ ਕਿਸ ਤਰ੍ਹਾਂ ਪਾਈ, ਇਹਦੇ ਵਿੱਚ ਤਾਂ ਪਤਾ ਨਹੀਂ ਕੀ ਪੈ ਚੁੱਕੇ ਆ। ਤੁਹਾਡੀਆਂ ਅੱਖਾਂ 'ਚ ਪਾ ਕੇ ਅਸੀਂ ਆਪਣੀਆਂ ਅੱਖਾਂ ਕਮਜ਼ੋਰ ਨਹੀਂ ਕਰਨਾ ਚਾਹੁੰਦੇ, ਤੁਹਾਡੀਆਂ ਅੱਖਾਂ ਵਿੱਚ ਪਤਾ ਨਹੀਂ ਕੀ ਚੱਲ ਰਿਹਾ। ਉਹ ਫੋਟੋਆਂ ਤੁਸੀਂ ਅੱਜ ਹੀ ਵੇਖ ਲਓ ਸੋਸ਼ਲ ਮੀਡੀਆ 'ਤੇ, ਤੁਹਾਨੂੰ ਇਹ ਜਾਪੇਗਾ ਕਿ ਦ ਸੀਐਮ ਆਫ ਪੰਜਾਬ ਡੈਫੀਨੇਟਲੀ ਨੀਡਸ ਸਮ ਵੈਰੀ ਗੁੱਡ ਸਾਈਕੈਟ੍ਰਿਸਟ ਕੇਅਰ, ਵੀ ਹੈਵ ਰਿਕੁਐਸਟਡ ਹਿਮ ਹੰਬਲੀ, ਦੇ ਮੇ ਨੋਟ ਬੀ ਅ ਵੈਰੀ ਗੁੱਡ ਇੰਸਟੀਚਿਊਟ ਇਨ ਦੀ ਸਿਟੀ ਆਫ ਚੰਡੀਗੜ੍ਹ, ਐਜ਼ ਅਰਲੀਅਰ ਹੀ ਹੈਡ ਸਟਮਕ ਟ੍ਰਬਲ, ਹੀ ਵਾਜ਼ ਫਲੋਨ ਟੂ ਦੀ ਅਪੋਲੋ ਹੋਸਪਿਟਲ। ਇਸ ਤਰ੍ਹਾਂ ਹੀ ਇਹਨਾਂ ਦਾ ਚੰਗੀ ਤਰ੍ਹਾਂ ਚੈੱਕ ਕਿਸੇ ਚੰਗੇ ਹਸਪਤਾਲ ਤੋਂ ਕਰਾਇਆ ਜਾਏ, ਸੋ ਦੈਟ ਪੰਜਾਬ ਨੂੰ ਇਸ ਨਾਜ਼ੁਕ ਦੌਰ ਦੇ ਵਿੱਚੋਂ ਇਹਨਾਂ ਤੋਂ ਥੋੜ੍ਹੇ ਦੇਰ ਵਾਸਤੇ ਸੁਰਖਰੂ ਕਰਾਇਆ। ਨਹੀਂ ਅਸੀਂ ਵੇਖੋ ਬਾਈਕਾਟ ਨਹੀਂ, ਬਿਲਕੁਲ ਇੱਕ ਇਹ ਵੀ ਤੁਹਾਨੂੰ ਕਲੀਅਰ ਕਰ ਦਈਏ, ਅੱਜ CLP ਦੀ ਮੀਟਿੰਗ ਤੋਂ ਬਾਅਦ ਇਹ ਕਲੀਅਰ ਕਰ ਦਿੱਤਾ ਗਿਆ, ਵੀ ਵਿਲ ਅਟੈਂਡ ਸੈਸ਼ਨ ਬਟ ਵੀ ਵਿਲ ਬਾਈਕਾਟ ਦੀ CM ਆਫ ਪੰਜਾਬ। ਜਦੋਂ ਇਹ ਬੈਠਾ ਹੋਏਗਾ ਅਸੀਂ ਵਾਕਆਊਟ ਕਰ ਜਿਆ ਕਰਾਂਗੇ, ਜਾਂ ਉੱਠ ਕੇ ਤੁਰ ਜਿਆ ਕਰੇ ਆ ਜਿਆ ਕਰਾਂਗੇ। ਬਾਕੀ ਹਰ ਅੱਜ ਵੀ ਸਵਾਲ, ਹਾਂਜੀ CM ਹੈ ਕੀ ਹੈ ਜਿਹਨੂੰ ਫੇਸ ਨਹੀਂ ਅਸੀਂ ਕਰਨੀ, ਸਾਨੂੰ ਕੋਈ ਡਰ ਖੌਫ ਥੋੜ੍ਹਾ, ਜਿੰਨਾ ਚਿਰ ਮਾਫ਼ੀ ਨਹੀਂ ਮੰਗੇਗਾ ਉਨਾ ਚਿਰ ਅਸੀਂ ਬਾਈਕਆਊਟ ਕਰ ਰਹੇ ਹਾਂ। ਫੇਸ ਨਹੀਂ, ਫੇਸ 'ਤੇ ਅਸੀਂ ਇਹਨੂੰ ਜਦੋਂ ਮਰਜ਼ੀ ਕਰਾ ਲਓ, ਸਾਨੂੰ ਇਹਨੂੰ ਇਹ ਫੇਸ ਫੂਸ ਦੀ ਨਹੀਂ ਕੋਈ ਗੱਲ, ਇਟ ਇਜ਼ ਅ ਬਾਈਕਆਊਟ ਆਫ ਦਿਸ ਮੈਨ, ਆਈਦਰ ਹੀ ਅਪੋਲੋਜਾਈਜ਼ ਜਿਹੜਾ ਇਹਦਾ ਵਿਵਹਾਰ ਰਿਹਾ, ਜਾਂ ਅਪੋਲੋਜਾਈਜ਼ ਕਰੇ, ਮਾਫ਼ੀ ਮੰਗੇ, ਜੇ ਨਹੀਂ ਮੰਗੇਗਾ ਅਸੀਂ ਇਕੱਲਾ CM ਦਾ, ਨਾ ਸਪੀਕਰ ਦਾ, ਨਾ ਵਿਧਾਨ ਸਭਾ ਦਾ, ਨਾ ਕਿਸੇ ਮਿਨਿਸਟਰ ਦਾ, ਨਾ ਕਿਸੇ MLA, ਅਸੀਂ ਸਾਡੇ ਸਾਰੇ ਹੁਣ ਪ੍ਰਧਾਨ ਜੀ ਸਾਡੇ ਹੁਣੇ ਗਵਰਨਰ ਦੇ ਐਡਰੈਸ ਤੇ ਬੋਲ ਕੇ ਆਏ ਨੇ। ਸਰ ਜਦੋਂ ਬਜਟ ਪੇਸ਼ ਹੋਏਗਾ CM ਉੱਥੇ ਹੋਣਗੇ, ਕਾਂਗਰਸ ਉੱਥੇ ਨਹੀਂ ਰਹੇਗੀ? ਨਹੀਂ ਇਹ ਨਹੀਂ, ਮੈਂ ਪਹਿਲੇ ਵੇਖੀਏ ਤਾਂ ਸਹੀ, ਇਹਦਾ ਤੇ ਪ੍ਰਮਾਤਮਾ ਨੂੰ ਵੀ ਨਹੀਂ ਪਤਾ ਕਿ ਇਹਨੇ ਕਿੱਥੇ ਰਹਿਣਾ ਤੇ ਕਿੱਥੇ ਨਹੀਂ ਰਹਿਣਾ। ਇਹਦਾ ਪ੍ਰੋਗਰਾਮ ਤਾਂ ਰਾਤ ਤੈਅ ਹੁੰਦਾ, ਤੁਸੀਂ ਸਵੇਰੇ ਪੁੱਛੀ ਜਾਂਦੇ। ਆਓ ਜੀ।